ਪੰਜਾਬ ਦੇ ਵਿੱਚ ਲਾਗੂ ਹੋਏ ਨਵੇਂ ਟ੍ਰੈਫਿਕ ਰੂਲ ਦੇ ਤਹਿਤ ਰੂਪਨਗਰ ਪੁਲਿਸ ਨੇ ਜ਼ਿਲ੍ਹੇ ਦੇ ਵਿੱਚ ਨਵੇਂ ਟ੍ਰੈਫਿਕ ਰੂਲ ਲਾਗੂ ਕਰਦੇ ਹੋਏ ਇੱਕ ਜੀਪ ਦਾ ਕਰੀਬ 40,000 ਰੁਪਿਆਂ ਦਾ ਚਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਰੂਪਨਗਰ ਸਿਟੀ ਟ੍ਰੈਫਿਕ ਪੁਲਿਸ ਦੇ ਇੰਚਾਰਜ ASI ਬਲਵੀਰ ਸਿੰਘ ਦੇ ਮੁਤਾਬਕ ਜਦ ਉਹਨਾਂ ਨੇ ਜੀਪ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਜੀਪ ਚਾਲਕ ਜੀਪ ਨੂੰ ਭਜਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦਾ ਪਿੱਛਾ ਕਰਕੇ ਉਸਦਾ 40,000 ਰੁਪਿਆਂ ਦਾ ਚਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਪੁਲਿਸ ਨੇ ਜੀਪ ਚਾਲਕ ਦੇ ਕੋਲੋਂ ਗੱਡੀ ਦੇ ਦਸਤਾਵੇਜ਼ ਵੀ ਮੰਗੇ, ਪਰ ਉਹ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ਕਰਕੇ ਪੁਲਿਸ ਨੇ ਉਸਦਾ ਚਲਾਨ ਕਰ ਦਿੱਤਾ। ਜਿਹੜਾ ਅਮੈਂਡਮੈਂਟ 2019 ਵਾਲੀ ਇਹ ਲਾਗੂ ਹੋ ਗਈ ਹੈ, ਪੰਜਾਬ ਸਰਕਾਰ ਨੇ ਵੀ ਸੈਂਟਰ ਦੇ ਵਿਹਾਰ 'ਤੇ ਲਾਗੂ ਕਰਤੀ। ਅਸੀਂ ਉਹਦੇ ਬਾਰੇ 'ਚ ਆਲਰੇਡੀ ਪਹਿਲਾਂ ਅਸੀਂ ਚਲਾਨ ਤਾਂ ਜਿਵੇਂ ਰੂਟੀਨ 'ਚ ਕਰਦੇ ਹਾਂ, ਚਲਾਨ ਤਾਂ ਉਹੀ ਹੋਣੇ ਆ, ਪਰ ਅਸੀਂ ਨਾਲ ਦੇ ਨਾਲ ਲੋਕਾਂ ਨੂੰ ਅਵੇਅਰ ਕਰਦੇ ਹਾਂ ਕਿ ਜੇ ਨਵਾਂ ਜਿਹੜਾ ਕਾਨੂੰਨ ਹੈ ਇਹਦੇ ਵਿੱਚ ਜੁਰਮਾਨੇ ਉਹ ਕਾਫੀ ਜ਼ਿਆਦਾ ਜਿਹੜੇ ਵੱਧ ਚੁੱਕੇ ਹੈ, ਇਸ ਕਰਕੇ ਪ੍ਰੋਪਰ ਜਿਹੜੇ ਤੁਸੀਂ ਟ੍ਰੈਫਿਕ ਨਿਯਮ ਨੇ ਉਹਨਾਂ ਨੂੰ ਫੋਲੋ ਕਰੋ। ਜਿਹੜੀ ਜੀਪ ਫੜੀ ਗਈ ਹੈ ਇਹਨੂੰ ਕਿੰਨਾ ਕੁ ਚਲਾਨ ਜਿਹੜਾ ਕੀਤਾ ਗਿਆ, ਕਿੰਨਾ ਕੁ ਜੁਰਮਾਨਾ ਨੂੰ ਹੋ ਸਕਦਾ? ਇਹਨੂੰ ਅਸੀਂ ਰੋਕਣ ਦਾ ਇਸ਼ਾਰਾ ਕੀਤਾ ਸੀਗਾ, ਇਹਨੇ ਸਾਨੂੰ ਰੁਕਣ ਦੀ ਬਜਾਏ ਪੁਲਿਸ ਪਾਰਟੀ ਨੂੰ ਦੇਖ ਕੇ ਇਹਨੇ ਇੱਕ ਤਾਂ ਜੀਪ ਭਜਾਈ, ਜੀਪ ਭਜਾ ਕੇ ਇਹਨੇ ਬੜੀ ਡੇਂਜਰਸ ਤਰੀਕੇ ਦੇ ਨਾਲ ਗੱਡੀ ਨੂੰ ਜਿਹੜਾ ਹੈ ਉਹ ਰਾਈਟ ਸਾਈਡ ਪਿੱਛੇ ਬਿਨਾਂ ਦੇਖੇ ਬੈਕ ਕਰਤਾ, ਜਿਹਦੇ 'ਚ ਐਕਸੀਡੈਂਟ ਦਾ ਬੜਾ ਵੱਡਾ ਅੰਦੇਸ਼ਾ ਸੀ। ਜਿਹੜੀ ਪਿਛਲੇ ਪਾਸੇ ਇੱਕ ਸਵਿਫਟ ਕਾਰ ਆ ਰਹੀ ਸੀ ਉਹਦਾ ਵੀ ਬਚਾਅ ਹੋਇਆ, ਜਿਹੜੇ ਇਹਦੇ ਉੱਪਰ ਬੱਚੇ ਬੈਠੇ ਸੀਗੇ ਉਹਨਾਂ ਦਾ ਵੀ ਬੱਚਿਆਂ ਦਾ ਬਚਾਅ ਹੋਇਆ। ਕਿੰਨਾ ਕੁ ਜੁਰਮਾਨਾ ਜਿਹੜਾ ਹੋ ਸਕਦਾ? ਜੁਰਮਾਨਾ ਜਿਹੜਾ ਨਵੇਂ ਉਹਦੇ ਮੁਤਾਬਕ ਤਾਂ ਇਹਦਾ ਕਾਫੀ ਹੋਊਗਾ, ਮੈਨੂੰ ਲੱਗਦਾ ਵੀ ਕੋਈ 35-40,000 ਦੇ ਕਰੀਬ ਹੋ ਸਕਦਾ, ਜੋ ਨਵੇਂ ਅਮੈਂਡਮੈਂਟ ਦੇ ਮੁਤਾਬਕ ਜੋ ਅਫੈਂਸ ਇਹਦੇ 'ਤੇ ਲਾਗੂ ਹੋਏ ਆ ਉਹ ਕੀਤੇ ਸੀ। ਇਹਦਾ ਇੱਕ ਤਾਂ ਇਹਨੇ ਟ੍ਰੈਫਿਕ ਦਾ ਜਿਹੜਾ ਨਿਯਮ ਇਸ਼ਾਰਾ ਸੀ ਉਹਨੂੰ ਤੋੜਿਆ, ਦੂਜਾ ਨਾ ਇਹਦੇ ਕੋਲ ਲਾਇਸੈਂਸ ਹੈ, ਨਾ ਹੀ ਇਹਦੇ ਕੋਲ RC ਹੈ, ਅਤੇ ਨਾ ਹੀ ਗੱਡੀ ਦਾ ਕੋਈ ਇੰਸ਼ੋਰੈਂਸ ਹੈ, ਗੱਡੀ ਦਾ ਕੋਈ ਵੀ ਡਾਕੂਮੈਂਟ ਨਹੀਂ ਸੀਗਾ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਹੀ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਸੀ, ਪਰ ਪੰਜਾਬ ਸੂਬੇ ਵਿੱਚ ਬੀਤੇ ਦਿਨ ਹੀ ਇਹ ਨਵਾਂ ਰੂਲ ਲਾਗੂ ਹੋਇਆ, ਜਿਸ ਤੋਂ ਬਾਅਦ ਇਹ ਪਹਿਲਾ ਵੱਡਾ ਚਲਾਣ ਹੈ। ਅੱਛਾ, ਤੁਸੀਂ ਟ੍ਰੈਫਿਕ ਪੁਲਿਸ ਨੂੰ ਦੇਖ ਕੇ ਭਜਾਈ ਵੀ ਸੀ ਗੱਡੀ? ਭਜਾਈ ਕਾਹਨੂੰ ਆਈ? ਮੈਂ ਮੋੜੀ ਆਈ। ਨਹੀਂ, ਤੁਸੀਂ ਰਿਕਾਰਡ ਕਰ ਰਹੇ ਸੀ? ਹਾਂਜੀ। ਤੇ ਤੁਹਾਨੂੰ ਹੁਣ ਪਤਾ ਕਿ ਨਵਾਂ ਐਕਟ ਲਾਗੂ ਹੋਣ ਦੇ ਨਾਲ ਫੀਸਾਂ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈਗਾ? ਹਾਂਜੀ ਸਰ। ਤੇ ਹੁਣ ਅੱਗੇ ਵਾਸਤੇ ਕੀ ਸੋਚਿਆ? ਹੁਣ ਨਿਯਮਾਂ ਦੀ ਪਾਲਣਾ ਕਰੇ ਕਰੋਗੇ? ਕਰੂੰਗੀ। ਤੇ ਅੱਜ ਕਿਸ ਕਿਸ ਚੀਜ਼ ਦਾ ਚਲਾਨ ਹੋਇਆ? ਮੇਰਾ ਹੋਇਆ ਡੇਂਜਰ ਟ੍ਰੈਫਿਕ ਵਿਦਆਊਟ ਲਾਇਸੈਂਸ ਦਾ ਹੀ। ਹੋਰ ਕੀ ਕੀ ਕਈ ਕਈ ਚੀਜ਼ਾਂ ਚਲਾਨ ਹੋਈ? ਵਿਦਆਊਟ ਲਾਇਸੈਂਸ ਦਾ ਹੀ ਹੈ ਜੀ, ਉਹ ਤਾਂ ਹੈ। ਤੇ ਤੁਹਾਨੂੰ ਪਤਾ ਹੁਣ ਕਿੰਨਾ ਕੁ ਜੁਰਮਾਨਾ ਹੋ ਸਕਦਾ? ਨਹੀਂ। ਰੂਪਨਗਰ ਤੋਂ ਸੱਜਣ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਦਾ TV NRI ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਣਾ।